ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਅੱਜ ਦੀ ਵੀਡੀਓ ਵਿੱਚ ਪੀਐਸਟੈਟ ਪ੍ਰੀਖਿਆ ਦੀ ਗੱਲ ਕਰਨ ਜਾ ਰਹੇ ਹਾਂ ਪੀਐਸਟੈਟ ਪ੍ਰੀਖਿਆ ਨੂੰ ਤੁਸੀਂ ਇਹਨਾਂ ਸਿਲੇਕਟਿਵ ਦਿਨਾਂ ਵਿੱਚ ਕਿਵੇਂ ਕਲੀਅਰ ਕਰ ਸਕਦੇ ਹੋ ਕਿਹੜਾ ਸਿਲੇਕਟਿਵ ਮਟੀਰੀਅਲ ਪੜ੍ਹਿਆ ਜਾਵੇ ਜਿਹਦੇ ਨਾਲ ਤੁਹਾਡੀ ਪੀਐਸਟੈਟ ਦੀ ਪ੍ਰੀਖਿਆ ਅਗਲੇ 50 ਦਿਨਾਂ ਦੇ ਵਿੱਚ ਵਧੀਆ ਤਿਆਰੀ ਦੇ ਨਾਲ ਕਲੀਅਰ ਹੋ ਜਾਵੇ ਇਹਦੀ ਹੀ ਗੱਲ ਆਪਾਂ ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਇੱਕ ਗੱਲ ਮੈਂ ਕਲੀਅਰ ਕਰ ਦਵਾ ਮੇਰਾ ਕੋਈ ਵੀ ਪੇਡ ਕੋਰਸ ਨਹੀਂ ਹੈਗਾ ਨਾ ਮੈਂ ਕੋਈ ਪੇਡ ਨੋਟਸ ਪ੍ਰੋਵਾਈਡ ਕਰਉਣਾ ਜਾਂ ਜਿਹੜੇ ਵੀ ਨੋਟਸ ਹੁੰਦੇ ਆ ਫ੍ਰੀ ਨੋਟਸ ਹੁੰਦੇ ਆ ਜਾਂ ਫਿਰ ਜਿਹੜਾ ਵੀ ਆਪਾਂ ਕੰਟੈਂਟ YouTube ਚੈਨਲ ਤੇ ਬਣਾਇਆ ਹੋਇਆ ਸਾਰਾ ਕੁਝ ਫ੍ਰੀ ਆਫ ਕਾਸਟ ਹੈਗਾ ਯਾ ਸੋ ਕੋਈ ਵੀ ਸਾਥੀ ਮੈਸੇਜ ਕਰਕੇ ਇਹ ਨਾ ਕਹੋ ਕਿ ਸਰ ਪੇਡ ਨੋਟਸ ਵੀ ਪ੍ਰੋਵਾਈਡ ਕਰਾਉਣੀ ਹੋ ਬਿਲਕੁਲ ਨਹੀਂ ਪਿਛਲੇ 3-4 ਸਾਲਾਂ ਤੋਂ ਆਪਾਂ ਜਿੰਨੀਆਂ ਵੀ ਵੀਡੀਓਜ਼ ਬਣਾਈਆਂ ਨੇ ਜੀ ਉਹਦਾ ਕੋਈ ਵੀ ਚਾਰਜ ਅੱਜ ਤੱਕ ਨਹੀਂ ਲਿਆ ਤੇ ਫਿਊਚਰ ਵਿੱਚ ਵੀ ਨਹੀਂ ਲਵਾਂਗੇ ਕਿਉਂਕਿ ਪੀਐਸਟ ਦਾ ਪੇਪਰ ਇੱਕ ਜੋ ਕੁਤਾ ਦਾ ਪੇਪਰ ਹੁੰਦਾ ਆ ਜਿਹਨੂੰ ਪਾਸ ਕਰਨਾ ਕੋਈ ਬਹੁਤੀ ਔਖੀ ਗੱਲ ਨਹੀਂ ਹੁੰਦੀ ਥੋੜੀ ਜਿਹੀ ਗਾਈਡੈਂਸ ਪਲੱਸ ਮੇਰਾ ਜੇਕਰ ਤੁਸੀਂ ਕੰਟੈਂਟ ਵੇਖ ਲੈਨੇ ਹੋ ਪਲੱਸ ਪ੍ਰੀਵੀਅਸ ਇਅਰ ਹੱਲ ਕਰ ਲੈਨੇ ਹੋ ਆਪ ਤਾਂ ਤੁਹਾਡਾ ਜਿਹੜਾ ਪੇਪਰ ਹੈਗਾ ਜੀ ਚੰਗੇ ਨੰਬਰਾਂ ਨਾਲ ਕਲੀਅਰ ਹੋ ਜਾਊਗਾ ਕੱਲ ਵਾਲੀ ਵੀਡੀਓ ਵਿੱਚ ਵੀ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਮੈਂ ਤੁਹਾਡੇ ਲਈ ਹੌਲੀ ਹੌਲੀ ਸਟ੍ਰੈਟਜੀ ਵਾਲੀਆਂ ਜਿਹੜੀਆਂ ਵੀਡੀਓਜ਼ ਨੇ ਅਸੀਂ ਉਹ ਵੀ ਲੈ ਕੇ ਆਉਂਗਾ ਜਿਨ੍ਹਾਂ ਨੂੰ ਵੇਖ ਕੇ ਤੁਸੀਂ ਆਪ ਦਾ ਪੇਪਰ ਟੈਟ ਪ੍ਰੀਖਿਆ ਦੀ ਮੈਂ ਗੱਲ ਕਰ ਰਿਹਾ ਕਿ ਵਧੀਆ ਨੰਬਰਾਂ ਨਾਲ ਕਲੀਅਰ ਕਰ ਸਕਦੇ ਹੋ ਪੇਪਰ ਜਿਹੜਾ ਹੈਗਾ ਆ ਤੁਹਾਡਾ ਪੀਐਸਟੈਟ ਦੇ ਪੇ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਆਪਦੇ ਨਾਲ ਦੇ ਜਿਹੜੇ ਸਾਥੀ ਨੇ ਜੀ ਉਹਨਾਂ ਨੂੰ ਵੀ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਉਂਕਿ ਅਸੀਂ ਇਸ ਤਰ੍ਹਾਂ ਦੀਆਂ ਇਨਫੋਰਮੇਟਿਵ ਐਂਡ ਇੰਟਰਸਟਿੰਗ ਵੀਡੀਓਜ਼ ਬਣਾਉਂਦੇ ਰਹਿੰਨੇ ਆ। ਸੋ ਗੱਲ ਕਰਦੇ ਆ ਪੀਐਸਟੈਟ ਪ੍ਰੀਖਿਆ ਦੀ। ਪੀਐਸਟੈਟ ਦਾ ਜਿਹੜਾ ਪੇਪਰ ਹੈਗਾ ਆ ਇਹ ਨੰਬਰ ਕਿੰਨੇ ਦਾ ਹੁੰਦਾ ਆ ਇਹ ਹੁੰਦਾ ਆ 150 ਨੰਬਰਾਂ ਦਾ। ਤੇ 150 ਨੰਬਰਾਂ ਦੇ ਵਿੱਚ ਤੁਹਾਨੂੰ ਵੱਖ-ਵੱਖ ਭਾਗ ਵੇਖਣ ਨੂੰ ਮਿਲਦੇ ਆ ਜਿਹਦੇ ਵਿੱਚ ਲਗਭਗ 4 ਜਾਂ ਫਿਰ 5 ਸੈਕਸ਼ਨ ਵੇਖਣ ਨੂੰ ਮਿਲਦੇ ਆ। ਪੇਪਰ 1 ਦੇ ਵਿੱਚ 5 ਸੈਕਸ਼ਨ ਹੁੰਦੇ ਤੇ ای وی ایس ਦਾ ਵਿਸ਼ਾ ਵੇਖਣ ਨੂੰ ਮਿਲਦਾ ਹੈ ਤੇ ਪੇਪਰ 2 ਦੇ ਵਿੱਚ ਤੁਹਾਨੂੰ ਜਿਹੜੇ ਵਿਸ਼ਾ ਵੇਖਣ ਨੂੰ ਮਿਲਦੇ ਆ ਉਹਦੇ ਵਿੱਚ ਮੈਥ ਸਾਇੰਸ ਜਾਂ ਫਿਰ ਐਸਐਸਟੀ ਜਾਂ ਫਿਰ میوزਿਕ ਜਾਂ ਫਿਰ ਫਿਜ਼ੀਕਲ ਐਜੂਕੇਸ਼ਨ ਆਰਟ ਐਂਡ ਕraft ਜਿਹੜਾ ਵੀ ਸਬਜੈਕਟ ਹੋਵੇ ਸੋ ਜਿਹੜੇ ਕਾਮਨ ਸਬਜੈਕਟ ਹੈਗੇ ਆ ਸਭ ਤੋਂ ਪਹਿਲਾਂ ਆਪਾਂ ਉਹਨਾਂ ਦੀ ਗੱਲ ਕਰਾਂਗੇ ਜਿਵੇਂ ਇੱਕ ਸਬਜੈਕਟ ਹੁੰਦਾ ਹੈ ਪੰਜਾਬੀ ਪੰਜਾਬੀ ਤੋਂ ਬਾਅਦ ਇੱਕ ਸਬਜੈਕਟ ਹੁੰਦਾ ਹੈ ਅੰਗਰੇਜ਼ੀ ਅੰਗਰੇਜ਼ੀ ਤੋਂ ਬਾਅਦ ਇੱਕ ਤੁਹਾਨੂੰ ਬਾਲ ਵਿਕਾਸ ਨਾਮ ਦਾ ਜਿਹੜਾ ਵਿਸ਼ਾ ਹੈਗਾ ਜੀ ਉਹ ਵੇਖਣ ਨੂੰ ਮਿਲਦਾ ਆ ਸੋ ਇਹ ਕਿੰਨੇ ਕਿੰਨੇ ਨੰਬਰਾਂ ਦੇ ਹੋਗੇ ਜੀ ਇਹ ਹੋਗੇ ਜੀ ਪੰਜਾਬੀ ਹੋਗੀ 3 ਨੰ ਇਹਦੇ ਵਿੱਚ ਵੀ 15 ਨੰਬਰ ਆਉਂਦੇ ਅੰਗਰੇਜ਼ੀ 'ਚ ਵੀ 15 ਨੰਬਰ ਪੈਡਾਗੋਜੀ ਦੇ ਇਹ ਤਾਂ ਚਲੋ ਬਾਲ ਵਿਕਾਸ ਦੇ ਹੁੰਦੇ 30 ਨੰਬਰ ਤੇ ਇਸ ਤੋਂ ਇਲਾਵਾ ਜੇਕਰ ਮੈਥ ਸਾਇੰਸ ਹੈਗਾ ਜਾਂ ਤੇ ਮੰਨ ਲਓ 10 ਨੰਬਰ ਉਹਦੇ ਜਿਹੜੇ ਹੋਣਗੇ ਜੀ ਉਹ ਕਿਹੜੇ ਹੋਣਗੇ ਉਹ ਵੀ ਬਾਲ ਵਿਕਾਸ ਦੇ ਹੋਣਗੇ ਜਿਹੜੇ ਕਿ ਸਾਇੰਸ ਦੇ ਬਾਲ ਵਿਕਾਸ ਹੁਣਾਇਆ ਜਾਂ ਫਿਰ ਮੈਥ ਦਾ ਹੈ ਜਾਂ ਫਿਰ ਐਸਐਸਟੀ ਦਾ ਜਾਂ ਫਿਰ 뮤직 ਦਾ ਈਵੀਐਸ ਜਾਂ ਫਿਰ ਮੈਂ ਸਾਰਿਆਂ ਨੂੰ ਮੈਂ ਇਨਕਲੂਡ ਕਰ ਲਿਆ ਸੋ ਕੁੱਲ ਮਿਲਾ ਕੇ ਜਿਹੜੇ ਸਿਰਫ ਪੈਡਾਗੋਜੀ ਦੇ ਨੰਬਰ ਨਹੀਂ ਕਿਉਂਕਿ ਮੈਂ ਹੁਣ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਇਹ ਹੀ ਦੱਸੂਗਾ ਕਿ ਤੁਸੀਂ ਕਿਹੜੀ ਪੈਡਾਗੋਜੀ ਦੀ ਵੀਡੀ ਉਹ ਕਿੱਥੋਂ ਆਉਂਦਾ ਆ ਉਹ ਤੁਹਾਡਾ ਬਾਲ ਵਿਕਾਸ ਤੋਂ ਸੰਬੰਧਿਤ ਹੁੰਦਾ ਆ ਵੀ ਬਾਲ ਵਿਕਾਸ ਜਾਂ ਫਿਰ ਸਬਜੈਕਟ ਦੀ ਜਿਹੜੀ ਪੈਡਾਗੋਜੀ ਹੁੰਦੀ ਆ ਜੀ ਉਹ ਪੁੱਛੀ ਜਾਂਦੀ ਆ ਤੇ ਮੇਰੇ ਦੁਆਰਾ ਇੱਕ 6 ਘੰਟੇ ਦੀ ਮੈਰਾਥਨ ਕਲਾਸ ਬਣਾਈ ਗਈ ਆ ਤਿੰਨ ਚਾਰ ਮਹੀਨੇ ਪਹਿਲਾਂ ਮੇਰੇ ਦੁਆਰਾ ਉਹ ਵੀਡੀਓ ਬਣਾਈ ਗਈ ਸੀਗੀ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਮੈਂ ਸਾਰੀਆਂ ਗੱਲਾਂ ਕੋਈ ਫालतू ਗੱਲ ਨਹੀਂ ਕੀਤੀ ਕਿਉਂਕਿ ਮੈਨੂੰ ਪਤਾ ਟਾਈਮ ਬੜਾ ਪ੍ਰੀਸ਼ੀਅਸ ਹੁੰਦਾ ਆ ਸੋ 6 ਘੰਟੇ ਦੇ ਵਿੱਚ ਸਿਰਫ ਤੇ ਸਿਰਫ 6 ਘੰਟੇ ਦੇ ਵਿੱਚ ਤੁਹਾਡਾ 80 ਤੋਂ ਲੈ ਕੇ 90% ਤੱਕ ਦਾ ਜਿਹੜਾ ਸੀਟਪੀ ਦਾ ਸਿਲੇਬਸ ਆ ਜਿਹੜਾ ਕਿ ਤੁਹਾਨੂੰ 70 ਤੋਂ ਲੈ ਕੇ 75 ਨੰਬਰ ਲੈਣ ਦੇ ਵਿੱਚ ਮਦਦ ਕਰੂਗਾ ਉਹ ਮੈਂ ਬਹੁਤ ਹੀ ਵਧੀਆ ਤਰੀਕੇ ਨਾਲ ਬਹੁਤ ਸੋਹਣੀਆਂ-ਸੋਹਣੀਆਂ ਫੋਟੋਸ ਨਾਲ ਇਸ ਚੈਪਟਰ ਨੂੰ ਜਾਂ ਫਿਰ ਇਸ ਪੂਰੇ ਸੈਕਸ਼ਨ ਨੂੰ ਮੈਂ ਸਮਝਾਇਆ ਹੋਇਆ ਤੇ ਆ ਜਿਹੜਾ ਮੈਂ ਬਾਲ ਵਿਕਾਸ ਕਰਵਾਇਆ ਹੋਇਆ ਨਾ ਜਿਹੜੀ 6 ਘੰਟੇ ਦੀ ਮੈਰਾਥਨ ਕਲਾਸ ਹੈਗੀ ਆ ਸੇਮ ਬਾਲ ਵਿਕਾਸ ਤੁਹਾਨੂੰ ਅੰਗਰੇਜ਼ੀ ਅਤੇ ਪੰਜਾਬੀ ਪੈਡਾਗੋਜੀ ਦੇ ਵਿੱਚ ਵੀ ਵਧੀਆ ਅਟੈਂਪਟ ਕਰਨ ਦੇ ਵਿੱਚ ਹੈਲਪ ਕਰੂਗੀ ਸੋ ਆ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ 6 ਘੰਟੇ ਦੀ ਵੀਡੀਓ ਤੁਸੀਂ ਦੇਖ ਸਕਦੇ ਹੋ ਮੈਂ ਤੇ ਫੋਟੋ ਵੀ ਲਗਾ ਦਿੱਤੀ ਹੈ ਤੇ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮੈਂ ਉਸ ਵੀਡੀਓ ਦਾ ਲਿੰਕ ਵੀ ਪ੍ਰੋਵਾਈਡ ਕਰਵਾ ਦੂੰਗਾ ਸਿਰਫ ਤੇ ਸਿਰਫ ਤੁਸੀਂ ਉਸ ਵੀਡੀਓ ਨੂੰ ਦੇਖਣਾ ਹੈ ਜੇਕਰ ਤੁਹਾਡੀ ਜ਼ੀਰੋ ਤਿਆਰੀ ਹੈਗੀ ਆ ਫਿਰ ਤੁਹਾਨੂੰ ਕੁਝ ਨਹੀਂ ਆਉਂਦਾ ਤੁਸੀਂ ਉਸ ਵੀਡੀਓ ਨੂੰ ਦੇਖ ਲਓ ਤੇ ਮੈਕਸਿਮਮ ਉਸ ਵੀਡੀਓ ਦੇ ਵਿੱਚ ਮੈਂ ਉਹਨਾਂ ਤੀਜਾਂ ਨੂੰ ਐਡ ਕੀਤਾ ਹੋਇਆ ਜੋ ਕਿ ਤੁਹਾਡੇ ਪਹਿਲਾਂ ਵਾਲੇ ਪੇਪਰਾਂ ਦੇ ਵਿੱਚ ਜਿਹੜੇ ਪ੍ਰਸ਼ਨ ਬਣ ਚੁੱਕੇ ਆ। ਸੋ ਤੁਸੀਂ ਜੇਕਰ ਉਸ ਵੀਡੀਓ ਨੂੰ ਜਿਹੜੀ ਕਿ 6 ਘੰਟੇ 5 ਘੰਟੇ 50 ਮਿੰਟ ਦੀ ਹੋਣੀ ਤੁਸੀਂ 6 ਘੰਟੇ ਮੰਨ ਕੇ ਚੱਲੋ ਕਿ ਜਿਹੜੀ 6 ਘੰਟੇ ਦੀ ਜਿਹੜੀ ਵੀਡੀਓ ਹੈਗੀ ਆ ਇਹਨੂੰ ਤੁਸੀਂ ਘੱਟ ਤੋਂ ਘੱਟ 8-9 ਬਾਰ ਦੇਖ ਲੈਣਾ ਆ। 8-9 ਬਾਰ ਤੁਸੀਂ ਜੇਕਰ ਉਸ ਵੀਡੀਓ ਨੂੰ ਦੇਖ ਲੈਣੇ ਹੋ ਨੋਟਸ ਬਣਾਉਣੇ ਨੋਟਸ ਬਣਾ ਲਿਓ ਜਿਵੇਂ ਤੁਹਾਡਾ ਦਿਲ ਕਰਦਾ ਉਵੇਂ ਕਰ ਲਿਓ। ਵੀਡੀਓ ਦੇਖਣਾ ਕੋਈ ਔਖਾ ਕੰਮ ਨਹੀਂ ਹੈਗਾ। ਵੀਡੀਓ ਤੁਸੀਂ ਸਾ ਦਿਲ ਕਰਦਾ ਨਹੀਂ ਕਰਦਾ ਤੁਸੀਂ ਬਸ ਵੇਖੀ ਜਾਓ ਕੁਝ ਚੀਜ਼ਾਂ ਯਾਦ ਹੋ ਜਾਣਗੀਆਂ ਕੁਝ ਨਹੀਂ ਆਦ ਹੋਣਗੀਆਂ ਜਿਵੇਂ ਜਿਵੇਂ ਤੁਸੀਂ ਦੁਹਰਾਈ ਕਰੀ ਜਾਉਗੇ ਤੁਹਾਨੂੰ ਸਾਰੀਆਂ ਚੀਜ਼ਾਂ ਯਾਦ ਹੋਈ ਜਾਣਗੀਆਂ ਸੋ ਤੁਸੀਂ ਜੇਕਰ ਉਸ ਵੀਡੀਓ ਨੂੰ ਦੇਖ ਲੈਣੇ ਹੋ ਤਾਂ ਲਗਭਗ ਤੁਹਾਡੇ 70 ਤੋਂ 75 ਨੰਬਰ ਤਾਂ ਪੱਕੇ ਹੋਗੇ 70 ਤੋਂ 75 ਨੰਬਰ ਪੱਕੇ ਹੋਗੇ 70 ਤੋਂ 75 ਨੰਬਰ ਜੇ ਤੁਹਾਡੀ ਵਧੀਆ ਤਿਆਰੀ ਹੋ ਗਈ ਤੇ ਇਹਦੇ ਵਿੱਚੋਂ ਵੀ 65 ਤੋਂ 70 ਨੰਬਰ ਲੈਣਾ ਕੋਈ ਔਖੀ ਗੱਲ ਨਹੀਂ ਹੈ ਕਿਤੇ ਮਗਰ ਰਹਿ ਕਿੰਨੇ ਗਏ ਪੀਐਸਟੈਟ ਦੇ ਪੇਪਰ ਵਿੱਚ 90 ਨੰਬਰ ਚਾਹੀਦੇ ਹੁੰਦੇ ਆ ਤੇ ਜੇਕਰ 90 ਨੰਬਰ ਚਾਹੀਦੇ ਆ ਤੇ ਸਿਰਫ ਤੁਹਾਡੇ ਕੋਲ 20 ਆ ਫਿਰ 15 ਨੰਬਰ ਜਿਹੜ ਤੁਸੀਂ ਆਪਦੇ ਸਬਜੈਕਟ ਵਿੱਚੋਂ ਪ੍ਰਾਪਤ ਕਰ ਸਕਦੇ ਹੋ ਉਹਦੇ ਬਾਰੇ ਆਪਾਂ ਨੈਕਸਟ ਵੀਡੀਓ ਬਣਾ ਦਾਂਗੇ ਅੱਜ ਦੀ ਵੀਡੀਓ ਵਿੱਚ ਮੈਂ ਸਿਰਫ ਤੁਹਾਨੂੰ ਇਹਨਾਂ ਦੱਸਿਆ ਤੁਹਾਡਾ ਸਬਜੈਕਟ ਕੋਈ ਵੀ ਹੋਵੇ 뮤ਜ਼ਿਕ ਹੋਵੇ ਮੈਥ ਸਾਇੰਸ ਹੋਵੇ ਐਸਐਸਟੀ ਹੋਵੇ ਪੇਪਰ 1 ਦੀ ਤਿਆਰੀ ਕਰ ਰਹੇ ਹਾਂ ਪੇਪਰ 2 ਦੀ ਤਿਆਰੀ ਕਰ ਰਹੇ ਹਾਂ ਕੋਈ ਵੀ ਸਬਜੈਕਟ ਹੋਵੇ ਤੁਸੀਂ ਸਿਰਫ ਤੇ ਸਿਰਫ ਇਸ 6 ਘੰਟੇ ਵਾਲੀ ਵੀਡੀਓ ਨੂੰ ਦੇਖ ਲਿਓ ਕੋਈ ਸਾਥੀ ਇੱਕ ਵਾਰ ਵੀਡੀਓ ਵੇਖਿਓ ਤੁਹਾਨੂੰ ਆਪ ਨੂੰ ਪਤਾ ਲੱਗ ਜਾਣਾ ਆ ਤੇ ਫਿਰ ਤੁਸੀਂ ਪ੍ਰੀਵियस ਇਅਰ ਹੱਲ ਕਰਕੇ ਦੇਖਿਓ ਤੁਹਾਨੂੰ ਆਪ ਨੂੰ ਪਤਾ ਲੱਗੂਗਾ ਕਿ ਯਾਰ ਜਿਹੜੀਆਂ ਚੀਜ਼ਾਂ ਮੈਂ ਹੁਣ ਪੜ੍ਹੀਆਂ ਉਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਮੇਰੇ ਐਗਜ਼ਾਮ ਵਿੱਚ ਪੁੱਛੀਆਂ ਜਾ ਰਹੀਆਂ ਨੇ ਕਿਉਂਕਿ ਮੈਂ ਸਿਰਫ ਤੇ ਸਿਰਫ ਇੰਪੋਰਟੈਂਟ ਟਾਪਿਕ ਹੀ ਉਹਦੇ ਵਿੱਚ ਸਮਝਾਏ ਹੋਏ ਆ ਵਧੀਆ ਤਰੀਕੇ ਦੇ ਨਾਲ 6 ਘੰਟੇ ਦੇ ਵਿੱਚ ਵੇਖ ਲਓ ਤੁਹਾਡੀ 70 ਤੋਂ 75 ਨੰਬਰ ਦੀ ਤਿਆਰੀ ਹੋ ਜਾਂਦੀ ਹੈ ਹੋਰ ਕੀ ਚਾਹੀਦਾ ਤੁਹਾਨੂੰ ਸੋ ਤੁਸੀਂ ਉਸ ਵੀਡੀਓ ਨੂੰ ਜ਼ਰੂਰ ਦੇਖਿਓ ਤੇ ਆਉਣ ਵਾਲੇ ਦਿਨਾਂ ਵਿੱਚ ਮੈਂ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਬਣਾਉਂਦਾ ਰਹੂੰਗਾ ਜਿਹੜੀਆਂ ਕਿ ਤੁਹਾਡੇ ਪੀਐਸਟਡ ਪੇਪਰ ਨੂੰ ਕਲੀਅਰ ਕਰਨ ਦੇ ਵਿੱਚ ਕਾਫੀ ਹੈਲਪ ਕਰਨਗੀਆਂ ਤੇ ਦੋਸਤੋ ਇਸ ਨੋਟ ਨਾਲ ਹੀ ਮੈਨੂੰ ਦਿਓ ਇਜਾਜ਼ਤ ਅ ਚੈਨਲ ਪਸੰਦ ਆਇਆ ਹੋਵੇ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਗੋਡ ਬlesਸ ਯੂ ਆਲ